ਕਿਹਾ ਜਾਂਦਾ ਕਿ ਉਹਨਾਂ ਨੇ ਧਨਖ ਹੱਥ ਵਿੱਚ ਲੈ ਕੇ ਜੰਗ ਕੀਤਾ। ਸਾਰੰਗ ਪਾਣ ਉਹਨਾਂ ਦਾ ਇੱਕ ਨਾਮ ਹੈ, ਦੂਜਾ ਉਹਨਾਂ ਦਾ ਨਾਮ ਗਦਾਧਾਰੀ ਵੀ ਹੈ। ਗਦਾਧਾਰੀ ਕਿਉਂ ਹੈ ਕਿ ਉਹਨਾਂ ਨੇ ਜੰਗ ਯੁੱਧ ਕਰਦਿਆਂ ਹੋਇਆਂ ਆਪਣੇ ਹੱਥਾਂ ਵਿੱਚ ਗਦਾ ਲੈ ਕੇ ਵਾਇਰ ਵੈਰੀਆਂ ਨਾਲ ਜੰਗ ਕੀਤੇ ਸਨ, ਇਸ ਕਰਕੇ ਉਹਨਾਂ ਨੂੰ ਗਦਾ ਪਾਣ ਵੀ ਕਿਹਾ ਜਾਂਦਾ। ਮਹਾਰਾਜ ਜੀ ਦਾ ਪ੍ਰਮਾਣ ਦੇਣ ਦਾ ਮਤਲਬ ਕੀ ਹੈ, ਇਸ ਵਿਚਾਰ ਨੂੰ ਸਮਝੀਏ। ਸਤਿਗੁਰੂ ਜੀ ਦਾ ਪ੍ਰਮਾਣ ਦੇਣ ਦਾ ਮਤਲਬ ਇਹ ਹੈ ਕਿ ਗੁਰਸਿੱਖੋ, ਇਕੱਲੇ ਤੁਸੀਂ ਨਹੀਂ ਸ਼ਸਤਰ ਚੁੱਕਣੇ, ਤੁਹਾਡੇ 'ਤੇ ਕੋਈ ਸਵਾਲ ਕਰ ਦੇਵੇ ਕਿ ਗੁਰੂ ਸਾਹਿਬ ਨੇ ਚੰਗਾ ਸਿੱਖਾਂ ਨੂੰ ਰਸਤਾ ਦਿੱਤਾ, ਜੰਗ ਕਰਨ ਲਈ ਹਥਿਆਰ ਚੁਕਾ ਦਿੱਤੇ। ਮਹਾਰਾਜ ਕਹਿੰਦੇ ਹਥਿਆਰ ਸਮੇਂ ਦੇ ਅਵਤਾਰਾਂ ਨੂੰ ਵੀ ਚੁੱਕਣੇ ਪਏ, ਭਗਵਾਨ ਵਿਸ਼ਨੂੰ ਨੂੰ ਵੀ ਹਥਿਆਰ ਚੁੱਕਣੇ ਪਏ, ਰਾਮ ਨੂੰ ਵੀ, ਕ੍ਰਿਸ਼ਨ ਨੂੰ ਵੀ, ਸਾਰੇ ਅਵਤਾਰਾਂ ਨੂੰ ਸ਼ਸਤਰ ਚੁੱਕਣੇ ਪਏ ਜੰਗ ਲੜਨ ਵਾਸਤੇ। ਇਸ ਕਰਕੇ ਜੇ ਕੋਈ ਤੁਹਾਡੇ 'ਤੇ ਸਵਾਲ ਕਰੇ ਵੀ ਤੁਸੀਂ ਕਿਉਂ ਹਥਿਆਰ ਚੁੱਕੇ ਹੈ ਜੰਗ ਯੁੱਧ ਕਰਨ ਵਾਸਤੇ, ਤਾਂ ਸਤਿਗੁਰੂ ਜੀ ਦਾ ਤਾਤਪਰਜ ਇਹ ਹੈ ਕਹਿਣ ਦਾ ਕਿ ਗੁਰਸਿੱਖੋ, ਵੱਡੇ ਵੱਡੇ ਜ਼ੁਲਮ ਦਾ ਨਾਸ਼ ਕਰਨ ਵਾਸਤੇ, ਵੈਰੀਆਂ ਨਾਲ ਮੁਕਾਬਲਾ ਕਰਨ ਵਾਸਤੇ, ਸਤਿਯੁਗ ਤੋਂ ਲੈ ਕੇ ਦੁਆਪਰ ਯੁੱਗ ਤੱਕ ਸਮੇਂ ਦੇ ਅਵਤਾਰ ਵੀ ਜੰਗ ਯੁੱਧ ਕਰਦੇ ਰਹੇ ਔਰ ਸ਼ਸਤਰ ਚੁੱਕ ਕੇ ਲੜਦੇ ਰਹੇ। ਇਸ ਕਰਕੇ ਜੇ ਤੁਸੀਂ ਚੁੱਕ ਲਏ ਫਿਰ ਕਿਹੜਾ ਕੋਈ ਗੁਨਾਹ ਹੋ ਗਿਆ? ਸਾਧ ਸੰਗਤ ਜੀ, ਸ਼ਸਤਰ ਲੋੜ ਅਤੇ ਸਮੇਂ ਅਨੁਸਾਰ ਇਹ ਚੁੱਕਣੇ ਹੀ ਪੈਂਦੇ ਹੈ। ਸ਼ਸਤਰਾਂ ਤੋਂ ਬਿਨਾਂ ਮੂਰਖ ਲੋਕ ਜਿਹੜੇ ਜ਼ਾਲਮ ਕਿਸਮ ਦੀ ਬਿਰਤੀ ਜਿਨ੍ਹਾਂ ਦੀ ਆ, ਉਹ ਸਿੱਧੇ ਰਸਤੇ 'ਤੇ ਕਦੇ ਨਹੀਂ ਆਇਆ ਕਰਦੇ। ਮੈਂ ਪਿਛਲੇ ਦਿਨ ਵੀ ਬੇਨਤੀ ਕੀਤੀ ਸੀ, ਔਰੰਗਜ਼ੇਬ ਕੋਈ ਛੋਟਾ ਜਿਹਾ ਵਿਦਵਾਨ ਨਹੀਂ ਸੀ, 1400 ਵਿਦਵਾਨ ਆਪਣੀ ਕਚਹਿਰੀ ਵਿੱਚ ਰੱਖਦਾ ਸੀ। ਪਰ ਸਾਧ ਸੰਗਤ ਜੀ, ਜੇਕਰ ਕਹੋ ਕਿ ਵਿਦਵਾਨ ਬੰਦਾ ਮੂਰਖ ਨਹੀਂ ਹੋ ਸਕਦਾ, ਤਾਂ ਰਾਵਣ ਨਾਲੋਂ ਵੱਡਾ ਵਿਦਵਾਨ ਕੌਣ ਸੀ? ਚਾਰੇ ਵੇਦ ਜ਼ੁਬਾਨੀ ਯਾਦ ਸਨ, ਲੰਕਾ ਗੜ੍ਹ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਮਹਾਰਾਜ ਕਹਿੰਦੇ ਉਹ ਮੂਰਖ ਸੀ, ਕਿਉਂ? ਮੂਰਖਾਂ ਵਾਲੀ ਬੁਰੀ ਆਦਤ ਨੂੰ, ਹੰਕਾਰ ਨੂੰ, ਹਉਮੈ ਨੂੰ ਨਹੀਂ ਛੱਡ ਸਕਿਆ। ਹਉਮੈ ਕਰਨੀ, ਮਨ ਵਿੱਚ ਹੰਕਾਰ ਕਰਨਾ, ਇਹ ਮੂਰਖ ਲੋਕਾਂ ਦਾ ਕਰਤੱਵ ਹੋਇਆ ਕਰਦਾ ਹੈ। ਸਿਆਣਾ ਪੁਰਸ਼ ਆਪਣੀ ਹਉਮੈ ਹੰਗਤਾਂ ਨੂੰ ਤਿਆਗ ਦਿੰਦਾ ਹੈ ਔਰ ਸਹੀ ਗੱਲ ਨੂੰ ਨਿਰਣੇ ਪੂਰਵਕ ਪ੍ਰਵਾਨ ਕਰ ਲੈਂਦਾ ਹੈ, ਪਰ ਮੂਰਖ ਬੰਦੇ ਨਹੀਂ ਕਦੇ ਵੀ ਪ੍ਰਵਾਨ ਕਰਦੇ, ਉਹ ਆਦਤ ਤੋਂ ਮਜਬੂਰ ਹੁੰਦੇ ਆ। ਜਦੋਂ ਮੂਰਖ ਬੰਦਾ ਮੂਰਖ ਮਤੀ ਵਾਲਾ ਹੱਠ ਧਾਰਨ ਕਰ ਲਵੇ ਨਾ, ਨਾ ਹਟੇ, ਫਿਰ ਉਹ ਸਾਧ ਸੰਗਤ ਜੀ ਜੋ ਉਹਦੇ ਮਨ ਵਿੱਚ ਆਉਂਦਾ ਉਹ ਕਰਕੇ ਹੀ ਹਟਦਾ, ਭਾਵੇਂ ਨਜਾਇਜ਼ ਵੀ ਹੋਵੇ ਤਾਂ ਵੀ ਉਹ ਕਰਨੋਂ ਬਾਜ ਨਹੀਂ ਆਉਂਦਾ। ਤਾਂ ਫਿਰ ਧਰਮੀ ਬੰਦੇ ਉਸ ਨੂੰ ਮਤ ਦੇਣ ਵਾਸਤੇ ਸ਼ਸਤਰ ਚੁੱਕਦੇ ਆ। ਸਮੇਂ ਦੇ ਹਾਕਮ ਸ਼ਾਹਜਹਾਨ ਤੋਂ ਲੈ ਕੇ ਜਿਨ੍ਹਾਂ ਨੇ ਗੁਰੂ ਘਰ 'ਤੇ ਛੋਟੀਆਂ ਛੋਟੀਆਂ ਗੱਲਾਂ ਤੋਂ ਹਮਲੇ ਕੀਤੇ, ਜੇ ਸਾਧ ਸੰਗਤ ਜੀ ਉਹ ਦਲੀਲ ਅਪੀਲ ਨਾਲ ਮੰਨਣ ਵਾਲੇ ਹੁੰਦੇ ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਉਹਨਾਂ ਨਾਲ ਜੰਗ ਕਰਨ ਦੀ ਕੀ ਲੋੜ ਸੀ? ਬੜੀ ਵੇਰੀ ਸਮਝਾਇਆ ਉਹਨਾਂ ਦੇ ਵਜ਼ੀਰਾਂ ਨੂੰ ਵੀ, ਆਏ ਅਹਿਲਕਾਰਾਂ ਨੂੰ ਵੀ, ਪਰ ਨਹੀਂ ਮੰਨੇ, ਬਾਜ ਨਹੀਂ ਆਏ, ਉਲਟਾ ਫੌਜਾਂ ਚੜ੍ਹਾਤੀਆਂ ਆਪਣੀ ਈਨ ਮਨਾਉਣ ਵਾਸਤੇ। ਜਦੋਂ ਤੁਹਾਡੇ ਘਰ 'ਤੇ ਕੋਈ ਹਮਲਾ ਕਰਨ ਹੀ ਆ ਗਿਆ ਫਿਰ ਜਵਾਬ ਦੇਣਾ ਤੁਹਾਡਾ ਧਰਮ ਹੈ।
ਸਿਰ ਨੀਵਾਂ ਕਰਕੇ ਆਪਣਾ ਗਲਾ ਕਟਾ ਲੈਣਾ ਧੌਣ ਕਟਾਉਣ ਵਾਲੀ, ਇਹ ਤਾਂ ਵੀ ਕਹਿਰਾਂ ਅਤੇ ਬੁੱਝ ਦਿਲਾਂ ਦਾ ਕੰਮ ਹੈ। ਇਸ ਕਰਕੇ ਫਿਰ ਜਵਾਬ ਆਪਣੀ ਰੱਖਿਆ ਲਈ ਤਾਂ ਦੇਣਾ ਹੀ ਪੈਂਦਾ। ਜੂਨ 84 ਦੇ ਵਿੱਚ ਵੀ ਸਮੇਂ ਦੀ ਫੌਜ ਚੜ੍ਹ ਕੇ ਆਈ ਹੈ, ਉਹਨਾਂ ਨੇ ਹਮਲਾ ਕੀਤਾ। ਸੰਤ ਬਾਬਾ ਜਰਨੈਲ ਸਿੰਘ ਜੀ ਤਾਂ ਨਹੀਂ ਨਾ ਦਿੱਲੀ ਹਮਲਾ ਕਰਨ ਗਏ, ਉਲਟਾ ਸਮੇਂ ਦੀ ਹਕੂਮਤ ਨੇ ਹਮਲਾ ਕੀਤਾ। ਉਸ ਜ਼ਾਲਮ ਹਕੂਮਤ ਨੂੰ, ਆਈ ਨੂੰ, ਫੌਜ ਨੂੰ ਸਬਕ ਸਿਖਾਉਣਾ ਜਾਂ ਉਹਨਾਂ ਦੇ ਜ਼ੁਲਮ ਦਾ ਜਵਾਬ ਦੇਣਾ, ਇਹ ਤਾਂ ਧਰਮੀਆਂ ਦਾ ਫਰਜ਼ੀ ਫਰਜ਼ ਸੀ ਨਾ। ਇਸ ਕਰਕੇ ਤਾਂ ਮਹਾਰਾਜ ਜੀ ਨੇ ਪ੍ਰਮਾਣ ਦਿੱਤੇ ਹੈ ਕਿ ਭਾਈ ਸ਼ਸਤਰ ਤੁਸੀਂ ਨਹੀਂ ਚੱਕੇ ਇਕੱਲੇ। ਜੇ ਕੋਈ ਕਹੇ ਵੀ ਭਾਈ ਆੜਤ ਤੂੰ ਇਕੱਲੇ ਨੇ ਸ਼ਸਤਰ ਚੁੱਕ ਲਏ, ਮਹਾਰਾਜ ਕਹਿੰਦੇ ਸਮੇਂ ਦੇ ਅਵਤਾਰਾਂ ਨੇ ਵੀ ਸ਼ਸਤਰ ਚੁੱਕਣੇ ਪਏ ਔਰ ਸ਼ਸਤਰਧਾਰੀ ਹੋਣ ਕਰਕੇ ਉਹਨਾਂ ਦੇ ਨਾਮ ਪੈ ਗਏ। ਭਗਵਾਨ ਸ਼ਿਵ ਜੀ ਨੂੰ ਤਰਸੂਲਧਾਰੀ ਕਹਿੰਦੇ ਆ ਕਿਉਂਕਿ ਉਹਦੇ ਕੋਲ ਉਹ ਤਿੰਨ ਫਲ ਵਾਲਾ ਸ਼ਸਤਰ ਹੈ। ਇਸੇ ਤਰ੍ਹਾਂ ਵਿਸ਼ਨੂੰ ਜੀ ਨੂੰ ਸਾਰੰਗ ਪਾਣ ਕਿਹਾ ਜਾਂਦਾ, ਧਨਖ ਚੁੱਕਿਆ, ਸਾਰੰਗ ਨਾਮ ਧਨਖ ਦਾ ਹੈ। ਗਦਾ ਪਾਣੀ ਕਿਉਂ ਕਿਹਾ ਜਾਂਦਾ, ਗਦਾ ਪਕੜ ਲਈ ਆਪਣੇ ਹੱਥ ਵਿੱਚ। ਮਹਾਰਾਜ ਕਹਿੰਦੇ ਸ਼ਸਤਰਧਾਰੀ ਨਾਮ ਤਾਂ ਉਹਨਾਂ ਅਵਤਾਰਾਂ ਦੇ ਵੀ ਪਏ ਹਨ।